ਹੁੰਦਾ ਬੜਾ ਬੈਸ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੜਾ ਬਰਬਾਦੀ ਪੰਜਾਬ ਦਾ ਪੈਸਾ ਵੀ ਤੇ ਬਾਹਰੋਂ ਜਿਵੇਂ ਪੰਨੂ ਸ਼ਨੂ ਕਹਿੰਦੇ ਆ ਕਿ ਜੀ ਖਾਲਿਸਤਾਨ ਦੇ ਜੋ ਲੋਕ ਉੱਥੇ ਬੈਠੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੀ ਫੰਡਿੰਗ ਨਾਲ ਇਹਨਾਂ ਦੀ ਸਰਕਾਰ ਬਣੀ ਹੈ ਇਹਨਾਂ ਦੀ ਉਹ ਪੈਸਾ ਪੂਰੇ ਹਿੰਦੁਸਤਾਨ ਦੇ ਵਿੱਚ ਲਾ ਰਹੇ ਪੰਨੂ ਦਾ ਆਪਣਾ ਬਿਆਨ ਹੈਗਾ ਕਿ ਆਪਾਂ ਖਾਲਿਸਤਾਨੀਆਂ ਨੇ ਇਹਨਾਂ ਨੂੰ ਪੈਸਾ ਦਿੱਤਾ ਗੱਲ ਕਰੀਆ ਗੋਲਡੀ ਬਰਾੜ ਦੀ ਵੀ ਉਹਨੂੰ ਰੀਟੇਨ ਕਰਿਆ ਗਿਆ ਪਰ ਉਹਨਾਂ ਦੇ ਵਕੀਲਾਂ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਵੀ ਡੀਟੇਨ ਕਰ ਹੀ ਨਹੀਂ ਗਿਆ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਨੇ ਵੀ ਅਸੀਂ ਨੇ ਜਲਦੀ ਪੰਜਾਬ ਦੇ ਰਾਵਾਂਗੇ ਕੀ ਲੱਗਦਾ ਵੀ ਰਾਹ ਇੰਨਾ ਸੌਖਾ ਹੈ ਇਹ ਐਲਾਨ ਸੁਣਦੇ ਇੱਕ ਵੀ ਉਹ ਐਲਾਨ ਜਾਂ ਜੋ ਕਮਿਟ ਕਰਦੇ ਪੰਜਾਬ ਦੇ ਲੋਕਾਂ ਇੱਕ ਵੀ ਪੂਰਾ ਨਹੀਂ ਕੀਤਾ ਜਾਂਦਾ ਚਾਹੇ ਉਹ ਝੂਠ ਬੋਲਦੇ ਜਾਂ ਕੇ ਗੁਜਰਾਤ ਦੇ ਵਿੱਚ ਚਾਹੇ ਹਿਮਾਚਲ ਦੇ ਵਿੱਚ ਹਰ ਹੁਣ ਤੇ ਪੰਜਾਬ ਦੇ ਵਿੱਚ ਵੀ ਬੈਠ ਕੇ ਉਸ ਤਰੀਕੇ ਦੇ ਝੂਠ ਬੋਲੀ ਜਾ ਰਹੇ ਹਨ ਜਿਨਾ ਇਸ ਸਰਕਾਰ ਦੀ ਵਿਰੋਧਤਾ ਪਿਛਲੇ 9 ਮਹੀਨੇ ਚ ਹੋਈ ਹੈ ਮੇਰੇ ਖਿਆਲ ਮੇ ਪਿਛਲੇ 25 ਸਾਲ ਕਿਸੇ ਦੂਜੇ ਦੋ ਸਰਕਾਰਾਂ ਦੇ ਇਤਨੀ ਵਿਰੋਧਤਾ ਨਹੀਂ ਜਿਨੀ ਆਮ ਆਦਮੀ ਪਾਰਟੀ ਦੀ ਵਿਰੋਧਤਾ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਨੋਂ ਇਤਕਾ ਕੇ ਝੂਠ ਬੋਲਦੇ ਹਨ ਔਰ ਹੁਣ ਐਕਸਪੋਜ਼ ਹੋ ਰਹੇ ਹਨ ਲੋਕ ਦੇਖ ਰਹੇ ਹਨ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਇਹ ਝੂਠੀ ਬੋਲਦੇ ਹੋਰ ਕੁਝ ਨਹੀਂ ਮਤਲਬ ਦੀ ਗੱਲ ਕਰਨੀ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਤੁਸੀਂ ਆਪ ਦੇਖ ਕੇ ਕਹਿ ਦੋ ਮਾਚੋ ਤੋਂ ਪਹਿਲੀ ਛੱਡ ਕੇ ਚਲੇ ਗੋ ਗੁਜਰਾਤ ਦੇ ਵਿੱਚ ਵੀ ਮੈਂ ਗਾਰੰਟੀ ਨਾਲ ਕਹਿੰਦਾ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਮੋਕਾ ਹੀ ਨਹੀਂ ਮਿਲਿਆ ਪ੍ਰਚਾਰ ਕਰਨ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਥੱਲੇ ਲੱਗ ਕੇ ਕੰਮ ਕਰਦੀ ਸੀ ਇਸ ਕਰਕੇ ਸਾਨੂੰ ਕਦੀ ਆਪਣੀ ਗੱਲ ਲੋਕਾਂ ਦੇ ਵਿੱਚ ਰੱਖਣ ਦਾ ਮੌਕਾ ਨਹੀਂ ਮਿਲਿਆ ਹੁਣ ਸਾਨੂੰ ਮੌਕਾ ਮਿਲਿਆ ਆਪਾ ਜੀ ਜਾ ਕੇ ਸਾਡੀ ਪਾਲਿਸੀਆਂ ਦੇ ਬਾਰੇ ਗੱਲ ਕਰਾਂਗੇ ਸਾਡੀ ਸੋਚ ਬਾਰੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸੋਚ ਬਾਰੇ ਲੋਕਾਂ ਨਾਲ ਗੱਲ ਕਰਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਭਾਰਤੀ ਜਨਤਾ ਪਾਰਟੀ ਸਤਾਈ ਦੇ ਵਿੱਚ ਇੱਥੇ ਸਰਕਾਰ ਬਣਾ ਕੇ ਜਾਈ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀਫੈਬ ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅੱਜ ਅਸੀਂ ਭਾਜਪਾ ਦੇ ਸੀਨੀਅਰ ਅਮੀਤ ਪ੍ਰਧਾਨ ਪੰਜਾਬ ਦੇ ਸਾਡੇ ਨਾਲ ਅਰਵਿੰਦ ਖੰਨਾ ਜੀ ਜੁੜੇ ਨੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ ਖੰਨਾ ਸਾਹਿਬ ਇੱਕ ਵਾਰ ਜੀ ਬਹੁਤ ਧੰਨਵਾਦ ਤੁਹਾਡਾ ਖੰਨਾ ਸਾਹਿਬ ਕਿਵੇਂ ਦੇਖਦੇ ਹੋ ਸੂਬੇ ਦੀ ਮੀਤ ਪ੍ਰਧਾਨਗੀ ਤੁਹਾਨੂੰ ਮਿਲੀ ਕਿੰਦਾ ਦਾ ਕੰਮ ਰਹੂਗਾ ਨਹੀਂ ਦੇਖੋ ਪਾਰਟੀ ਨੇ ਵਿਸ਼ਵਾਸ ਰੱਖਿਆ ਮੇਰੇ ਵਿੱਚ ਤੇ ਇੱਕ ਮੌਕਾ ਦਿੱਤਾ ਕੰਮ ਕਰਨ ਦਾ ਤੇ ਆਪਾਂ ਪੂਰਾ ਕੰਮ ਕਰਾਂਗੇ ਔਰ ਜੋ ਪਾਰਟੀ ਨੇ ਸਾਡੇ ਤੋਂ ਉਮੀਦ ਰੱਖੀ ਹੈ ਉਸ ਉਮੀਦ ਤੇ ਪੂਰੀ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਅੱਜ ਪੰਜਾਬ ਦੇ ਵਿੱਚ ਲੋਕ ਸਾਡੀ ਕਰਨੀ ਦੇਖ ਰਹੇ ਆ ਭਾਰਤੀ ਜਨਤਾ ਪਾਰਟੀ ਕਰਨੀ ਦੇਖ ਰਹੇ ਆ ਸਾਨੂੰ ਪਹੁੰਚਣ ਦੀ ਲੋੜ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ ਆਪਣੀ ਜੋ ਭਾਰਤੀ ਜਨਤਾ ਪਾਰਟੀ ਦੀ ਜੋ ਦਿੱਲੀ ਦੇ ਵਿੱਚ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨਾਂ ਦੀ ਪ੍ਰਾਪਤੀਆਂ ਉਹਨਾਂ ਦੀ ਸੋਚ ਬਾਰੇ ਸਾਨੂੰ ਦੱਸਣ ਦੀ ਲੋੜ ਹੈ ਲੋਗਾ ਲੋਕ ਜੁੜਨਾ ਚਾਹੁੰਦੇ ਹਨ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 1 ਸਾਲ ਜੋ ਕੰਸਾਨ ਆंदोलਨ ਹੋਆ ਸੀ ਉਹਦੇ ਕਰਕੇ ਸਾਨੂੰ ਮੌਕਾ ਹੀ ਨਹੀਂ ਮਿਲਿਆ ਪ੍ਰਚਾਰ ਕਰਨ ਦਾ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਥੱਲੇ ਲੱਗ ਕੇ ਕੰਮ ਕਰਦੀ ਸੀ ਇਸ ਕਰਕੇ ਸਾਨੂੰ ਕਦੀ ਆਪਣੀ ਗੱਲ ਲੋਕਾਂ ਦੇ ਵਿੱਚ ਰੱਖਣ ਦਾ ਮੌਕਾ ਨਹੀਂ ਮਿਲਿਆ ਹੁਣ ਸਾਨੂੰ ਮੌਕਾ ਮਿਲਿਆ ਹੈ ਔਰ ਬਹੁਤ ਸੋਹਣੀ ਟੀਮ ਬਣਾਈ ਹੈ ਸਾਡੇ ਪ੍ਰਧਾਨ ਸਾਹਿਬ ਅਸ਼ੁਨੀ ਜੀ ਨੇ ਔਰ ਮੈਨੂੰ ਉਮੀਦ ਹੈ ਕਿ ਥੋੜੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੇ ਹਰ ਕੋਨੇ ਚੋ ਲੋਕ ਬੀਜੇਪੀ ਦੀ ਗੱਲ ਕਰਨਗੇ ਕੰਨਾ ਸਾਹਿਬ ਪਾਰਟੀ ਦੀ ਮਜ਼ਬੂਤੀ ਲਈ ਕੀ ਉਪਰਾਲੇ ਰਹਿਣਗੇ ਤੇ ਪ੍ਰਚਾਰ ਹੀ ਕਰਨਾ ਹੈ ਲੋਕਾਂ ਦੇ ਵਿੱਚ ਫੈਲਣਾ ਹੈ ਜੋ ਮੌਜੂਦਾ ਸਰਕਾਰ ਹੈ ਉਹਨਾਂ ਦੇ ਬਾਰੇ ਲੋਕਾਂ ਨੂੰ ਦੱਸਣਾ ਹੈ ਦੁਬਾਰਾ ਯਾਦ ਕਰਾਉਣਾ ਹੈ ਜੋ ਇਹਨਾਂ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਔਰ ਕੀ ਕਰਕੇ ਨਾਲ ਕੰਮ ਹੋ ਰਿਹਾ ਲੋਕ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਸਾਰਾ ਕੁਝ ਦਿਖ ਰਿਹਾ ਹੈਗਾ ਉਹਨਾਂ ਨੂੰ ਸਿਰਫ ਦੁਬਾਰਾ ਉਹਨਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਦੂਜੇ ਲੋਕ ਅੱਜ ਵੀ ਕਾਂਗਰਸ ਪਾਰਟੀ ਦੇ ਅਕਾਲੀ ਦਲ ਚੋਂ ਦੁਖੀ ਹੈ ਉਹਨਾਂ ਦੇ ਨਾਲ ਤੁਲਨ ਲਈ ਤਿਆਰ ਨਹੀਂ ਹੈ ਲੋਕ ਸਾਡੇ ਕੰਨੀ ਦੇਖ ਰਹੇ ਹੁਣ ਆਪਾਂ ਜੇ ਜਾ ਕੇ ਸਾਡੀ ਪਾਲਿਸੀਆਂ ਦੇ ਬਾਰੇ ਗੱਲ ਕਰਾਂਗੇ ਸਾਡੀ ਸੋਚ ਬਾਰੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸੋਚ ਬਾਰੇ ਲੋਕਾਂ ਨਾਲ ਗੱਲ ਕਰਾਂਗੇ ਤੇ ਤੇ ਮੈਨੂੰ ਪੂਰਾ ਯਕੀਨ ਆ ਕਿ ਭਾਰਤੀ ਜਨਤਾ ਪਾਰਟੀ ਸਤਾਈ ਦੇ ਵਿੱਚ ਇੱਥੇ ਸਰਕਾਰ ਬਣਾ ਕੇ ਜਾਏਗੀ ਖੰਨਾ ਸਾਹਿਬ ਜਿਵੇਂ ਯੂਐਸਏ ਦੇ ਵਿੱਚ ਗੱਲ ਕਰੀਆ 골ਡੀ ਬਰਾਡ ਦੀ ਵੀ ਉਹਨੂੰ ਡਿਟੇਨ ਕਰਿਆ ਗਿਆ ਪਰ ਉਹਨਾਂ ਦੇ ਵਕੀਲਾਂ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਵੀ ਡਿਟੇਨ ਕਰ ਹੀ ਨਹੀਂ ਗਿਆ ਭਗਵੰਤ ਸਿੰਘ ਮਾਨ ਬਿਆਨ ਦਿੰਦੇ ਨੇ ਵੀ ਅਸੀਂ ਨੇ ਜਲਦੀ ਪੰਜਾਬ ਤੇ ਲਿਆਵਾਂਗੇ ਕੀ ਲੱਗਦਾ ਵੀ ਰਾਹ ਇੰਨਾ ਸੁਖਾ ਹੋਊਗਾ ਦੇਖੋ ਜੀ ਮੈਨੂੰ ਨਹੀਂ ਪਹਿਲੇ ਤੇ ਮੈਨੇ ਵੀ ਇਹ ਗੱਲ ਸੁਣੀ ਹੈ ਕਿ ਉਹਨੂੰ ਡਿਟੇਨ ਨਹੀਂ ਕੀਤਾ ਗਿਆ ਦੂਜੀ ਗੱਲ ਇਹ ਹੈ ਕਿ ਜੇ ਉਹਨੂੰ ਡਿਟੇਨ ਕੀਤਾ ਵੀ ਜਾਂਦਾ ਹੈ ਉਹ ਤਾਂ ਅਮਰੀਕਾ ਦੇ ਵਿੱਚ ਕੀਤਾ ਜਾ ਰਿਹਾ ਅਮਰੀਕਨ ਪੁਲਿਸ ਕਰ ਰਹੀ ਹੈ ਜਾਂ ਜੋ ਵੀ ਹੈ ਉੱਥੇ ਜੋ ਵੀ ਐਫ ਬੀ ਆਈ ਹੈ ਜੋ ਵੀ ਉੱਥੇ ਕੰਮ ਕਰ ਰਹੀ ਹੈ ਉਹਨਾਂ ਨੇ ਡਿਟੇਨ ਕੀਤਾ ਹੋਣਾ ਉਹਨਾਂ ਨੇ ਉੱਥੇ ਹੀ ਉਹਦੇ ਉੱਤੇ ਕਾਰਵਾਈ ਕਰਨੀ ਹੈ ਹਿੰਦੁਸਤਾਨ ਜਾਂ ਪੰਜਾਬ ਪੁਲਿਸ ਦਾ ਜਾਂ ਭਗਵੰਤ ਮਾਨ ਜਾਂ ਆਮਦ ਆਦਮੀ ਪਾਰਟੀ ਦਾ ਤਾਂ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈ ਦੂਜੀ ਗੱਲ ਇੱਕ ਵਾਰ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਰੋਜ਼ ਤੇ ਰੋਜ਼ ਭਗਵੰਤ ਮਾਨ ਜੀ ਦੇ ਬਿਆਨ ਸੁਣਦੇ ਆ ਉਹਨਾਂ ਦੇ ਐਲਾਨ ਸੁਣਦੇ ਆ ਇੱਕ ਵੀ ਉਹ ਐਲਾਨ ਜਾਂ ਜੋ ਕਮਿਟ ਕਰਦੇ ਪੰਜਾਬ ਦੇ ਲੋਕਾਂ ਦੇ ਇੱਕ ਵੀ ਪੂਰਾ ਨਹੀਂ ਕੀਤਾ ਜਾਂਦਾ ਚਾਹੇ ਉਹ ਝੂਠ ਬੋਲਦੇ ਜਾਂ ਕੇ ਗੁਜਰਾਤ ਦੇ ਵਿੱਚ ਚਾਹੇ ਹਿਮਾਚਲ ਦੇ ਵਿੱਚ ਹੋਰ ਹੁਣ ਤੇ ਪੰਜਾਬ ਦੇ ਵਿੱਚ ਵੀ ਬਹਿ ਕੇ ਉਸ ਤਰੀਕੇ ਦੇ ਝੂਠ ਬੋਲੀ ਜਾ ਰਹੇ ਆ ਮੈਂ ਹੈਰਾਨ ਹੈ ਕਿ ਉਹ ਕਿੱਥੇ ਆਈਆਂ ਕਿਉਂਕਿ ਇਹ ਚੀਜ਼ਾਂ ਪ੍ਰਜਾ ਦੇ ਲੋਕਾਂ ਦੇ ਬਰਦਾਸ਼ਤ ਨਹੀਂ ਕਰਨੀ ਅੱਜ ਐਸਾ ਇੱਕ ਦਿਨ ਨਹੀਂ ਨਿਕਲਿਆ ਜਿੱਥੇ ਕਿਸੇ ਜਥੇਬੰਦੀ ਨੇ ਪੰਜਾਬ ਦੇ ਵਿੱਚ ਸੜਕਾਂ ਤੇ ਨਹੀਂ ਉਤਰੇ ਔਰ ਉਹਨਾਂ ਨੇ ਜਲੂਸ ਨਹੀਂ ਕੱਢਿਆ ਸਰਕਾਰ ਦਾ ਜਿਨ੍ਹਾਂ ਇਸ ਸਰਕਾਰ ਦੀ ਵਿਰੋਧਤਾ ਪਿਛਲੇ 9 ਮਹੀਨੇ ਚ ਹੋਈ ਹੈ ਮੇਰੇ ਖਿਆਲ ਮੇ ਪਿਛਲੇ 25 ਸਾਲ ਕਿਸੇ ਦੂਜੇ ਦੋ ਸਰਕਾਰਾਂ ਦੇ ਇੰਨੀ ਵਿਰੋਧਤਾ ਨਹੀਂ ਹੋਈ ਜਿਨੀ ਆਮ ਆਦਮੀ ਪਾਰਟੀ ਦੇ ਵਿਰੋਧਤਾ ਹੋ ਰਹੀ ਹੈ ਕੰਨਾ ਸਾਹਿਬ ਤੁਸੀਂ ਸਿੱਧੂ ਮੂਸੇਵਾਲੇ ਦੇ ਘਰ ਵੀ ਪਹੁੰਚੇ ਹੋ ਕੀ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦੇ ਪਾਉਗੀ ਪੰਜਾਬ ਸਰਕਾਰ ਮੈਨੂੰ ਨਹੀਂ ਲੱਗਦਾ ਉਹਦੇ ਕਾਤਿਲ ਵੀ ਦੇਸ਼ ਦੇ ਗ੍ਰਹਿ ਮੰਤਰੀ ਦੇ ਥੱਲੇ ਜੋ ਦਿੱਲੀ ਦੀ ਸਰਕਾਰ ਹੈ ਉਹਨਾਂ ਨੇ ਪੁਲਸ ਹੈ ਉਹਨਾਂ ਨੇ ਉਹ ਬੰਦੇ ਫੜੇ ਸੀ ਚਲੋ ਮੈਂ ਕਹਿ ਸਕਦਾ ਜੁਆਇੰਟ ਆਪਰੇਸ਼ਨ ਸੀ ਪੰਜਾਬ ਪੁਲਸ ਵੀ ਕੋਸ਼ਿਸ਼ ਕਰ ਰਹੀ ਹੈ ਪਰ ਜਿਸ ਤਰੀਕੇ ਨਾਲ ਉਸ ਪਰਿਵਾਰ ਨੂੰ ਕਦੀ ਇਹ ਗੱਲ ਭੁੱਲ ਨਹੀਂ ਸਕਦੇ ਕਿ ਤੁਸੀਂ ਸਿੱਧੂ ਜੀ ਦੇ ਪਹਿਲੇ ਸਿਕਿਉਰਿਟੀ ਵਿਡਰੋ ਕਰਦੇ ਹੋ ਉਹਦੇ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਰਾਈ ਸਾਰੇ ਅਖਬਾਰਾਂ ਦੇ ਵਿੱਚ ਇਹ ਛਾਪ ਦਿੰਦੇ ਹੋ ਕਿ ਅੱਜ ਸਿੱਧੂ ਮੂਸੇਵਾਲੇ ਦੇ ਕੋਲ ਸਿਕਿਉਰਿਟੀ ਨਹੀਂ ਹੈ ਜਾ ਤੁਸੀਂ ਉਹਨਾਂ ਦਾ ਅਨਕਾਊਂਟਰ ਕਰਨ ਨਾਲ ਤੱਕ ਜਾ ਕੇ ਕਰ ਲੋ ਤੇ ਇਸ ਕਰਕੇ ਉਹ ਪਰਿਵਾਰ ਕਿਵੇਂ ਇਹ ਗੱਲ ਬੋਲ ਸਕਦੀ ਹੈ ਦੂਜਾ ਮੈਨੂੰ ਨਹੀਂ ਲੱਗਦਾ ਕਿ ਐਸਾ ਕੋਈ ਮੁੱਦਾ ਹੈ ਪੰਜਾਬ ਸਰਕਾਰ ਦਾ ਜਿਹਦੇ ਨਾਲ ਉਹਨਾਂ ਨੇ ਜੋ ਵਾਅਦੇ ਕੀਤੇ ਲੋਕਾਂ ਦੇ ਨਾਲ ਉਹ ਉਹਨਾਂ ਨੂੰ ਕਿੱਥੇ ਇਨਸਾਫ ਮਿਲੂਗਾ ਚਾਹੇ ਬੱਬਲ ਕਲਾ ਦੀ ਗੱਲ ਹੋਵੇ ਜਾਂ ਕਿਸੇ ਵੀ ਕੋਈ ਗੱਲ ਹੈ ਜਿੱਥੇ ਇਹਨਾਂ ਨੇ ਕਮਿਟਮੈਂਟ ਕੀਤੀ ਲੋਕਾਂ ਦੇ ਨਾਲ ਉਹ ਕਿੱਥੇ ਪੂਰੇ ਨਹੀਂ ਹੋ ਉਤਰਨੇ ਔਰ ਲੋਅਰ ਆਰਡਰ ਨੂੰ ਲੈ ਕੇ ਆਪਾਂ ਗੱਲ ਕਰੀਏ ਤਾਂ ਕਿਵੇਂ ਦੇਖਦੇ ਹੋ ਤੁਸੀਂ ਕਿੰਨੇ ਕੁ ਹਾਲਾਤ ਪੰਜਾਬ ਦੇ ਖਰਾਬ ਹੋ ਰਹੇ ਹਨ ਬਹੁਤ ਬੁਰੇ ਹਾਲਾਤ ਹੈ ਔਰ ਇਹਦੇ ਵਿੱਚ ਦੋਸ਼ੀ ਕੱਲੇ ਆਮ ਆਦਮੀ ਸਰਕਾਰ ਹੈ ਦੇਖੋ ਮੁਲਾਜ਼ਮ ਆਪਣੇ ਤੌਰ ਤੇ ਜਿੰਨਾ ਕਰ ਸਕਦੇ ਕਰ ਰਹੇ ਆ ਚਾਹੇ ਤੁਹਾਡੇ ਪੁਲਿਸ ਮੁਲਾਜ਼ਮ ਹੋਣ ਚਾਹੇ ਦੂਜੀ ਹੋਣ ਸਾਰੇ ਮਿਹਨਤ ਕਰ ਰਹੇ ਪਰ ਜਦ ਸਰਕਾਰ ਦਾ ਡਾਇਰੈਕਸ਼ਨ ਹੀ ਨਹੀਂ ਹੁੰਦਾ ਤੇ ਮੁਲਾਜ਼ਮ ਕੱਲੇ ਕੀ ਕਰ ਸਕਦਾ ਹੈ ਉਹ ਤੇ ਇਨਸਟਰਕਸ਼ਨਸ ਤੇ ਇਲੈਕਟਿਡ ਜੋ ਸਾਡੇ ਮੰਤਰੀ ਆ ਜਾਂ ਮੁੱਖ ਮੰਤਰੀ ਆ ਉਹਨਾਂ ਦੇ ਇਸ਼ਾਰੇ ਦੀ ਇੰਤਜ਼ਾਰ ਕਰਦੇ ਜਦ ਇਸ਼ਾਰਾ ਹੀ ਗਲਤ ਹੈ ਤਾਂ ਵਿਚਾਰੇ ਮੁਲਾਜ਼ਮ ਕੀ ਕਰਨਗੇ ਪੰਜਾਬ ਪੁਲਿਸ ਕੀ ਕਰ ਸਕਦੀ ਆ ਪੰਜਾਬ ਪੁਲਿਸ ਜਿੰਨਾ ਕਰ ਸਕਦੀ ਹੈ ਆਪਣੇ ਦਮ ਤੇ ਕਰ ਰਹੀ ਆ ਪਰ ਜਦ ਸਰਕਾਰ ਦੀ ਗੁੱਡਵਿਲ ਹੀ ਨਹੀਂ ਹੈ ਇਲੈਕਟਿਡ ਰਿਪਰੈਜ਼ੈਂਟਡ ਦੀ ਗੁੱਡਵਿਲ ਨਹੀਂ ਹੈ ਤੇ ਕੀ ਕਰ ਲੇਗੀ ਕੁਝ ਨਹੀਂ ਪੰਜਾਬ ਦਾ ਬੇੜਾਗਰਕ ਹੋ ਗਿਆ ਹੈ ਔਰ ਮੈਨੂੰ ਡਰ ਲੱਗ ਰਿਹਾ ਹੈ ਕਿ ਐ ਸਮਾਂ ਆ ਗਿਆ ਹੈ ਕਿ ਆਪਾਂ ਰਾਤ ਨੂੰ ਇੱਕ ਆਮ ਆਦਮੀ ਰਾਤ ਨੂੰ ਪੰਜਾਬ ਦੇ ਵਿੱਚ ਤੁਰ ਨਹੀਂ ਸਕਦਾ ਘੁੰਮ ਨਹੀਂ ਸਕਦਾ ਕੰਨਾ ਦਾ ਸੈਂਟਰ ਸਰਵਰ ਬਲੋਂ ਦਿੱਤਾ ਗਿਆ ਅਨਾਜ ਇਹ ਭਗਵੰਤ ਮਾਨ ਆਪਦੀਆਂ ਫੋਟੋ ਪਹਿਲਾਂ ਕਹਿੰਦੇ ਵੀ ਕੈਪਟਨ ਨੇ ਫੋਟੋਆਂ ਲਾਤੀਆਂ ਬਾਦਲਾ ਨੇ ਫੋਟੋਆਂ ਲਾਤੀਆਂ ਇਹਨਾਂ ਨੂੰ ਕੀ ਡਰ ਹੁਣ ਇਹਦੀ ਭੈਣ ਵੀ 15 30 39 ਨਾਲ ਲੈ ਕੇ ਤੁਰਦੀ ਆ ਇਹਨਾਂ ਨੂੰ ਵੀ ਹੁਣ ਡਰ ਪੈ ਗਿਆ ਨਹੀਂ ਇਹ ਤਾਂ ਦੇਖੋ ਭਗਵੰਤਪਾਨ ਸਾਹਿਬ ਜੋ ਦੂਜੀ ਸਰਕਾਰਾਂ ਦੇ ਖਿਲਾਫ ਜਾਂ ਪੋਲਿਟਿਸ਼ੀਅਨਸ ਦੇ ਖਿਲਾਫ ਜੋ ਗੱਲਾਂ ਕਹਿੰਦੇ ਸੀ ਆਪ ਕਰਦੇ ਆ ਉਹ ਕਹਿੰਦੇ ਸੀ ਮੈਂ ਹੈਲੀਕਾਪਟਰ ਤੇ ਨਹੀਂ ਚੜਾਂਗਾ ਤੇ ਰੋਜ਼ ਹੈਲੀਕਾਪਟਰ ਤੇ ਚੜਾ ਜਾਂਦਾ ਹੈ ਹੈਲੀਕਾਪਟਰ ਦੀ ਗੱਲ ਹੈ ਹੁਣ ਤੇ ਉਹ ਹਵਾਈ ਜਹਾਜ਼ ਖਰੀਦਣ ਦੀ ਅਖਬਾਰਾਂ ਚ ਆਇਆ ਕਿ ਉਹ ਹਵਾਈ ਜਹਾਜ਼ ਖਰੀਦਣਾ ਚਾਹੁੰਦੇ ਤੇ ਇਹ ਗੱਲਾਂ ਮੈਂ ਫੋਟੋ ਨਹੀਂ ਲਾਵਾਂਗਾ ਆਪ ਆਪਣੀ ਫੋਟੋ ਲਾਈ ਵੀ ਹੈ ਤੇ ਇਹ ਗੱਲਾਂ ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੋਨੋਂ ਇਤਕਾਕੇ ਝੂਠ ਬੋਲਦੇ ਆਂ ਔਰ ਹੁਣ ਐਕਸਪੋਜ਼ ਹੋ ਰਹੇ ਆਂ ਲੋਕ ਦੇਖ ਰਹੇ ਆਂ ਹੁਣ ਲੋਕਾਂ ਨੂੰ ਮਹਿਸੂਸ ਹੋ ਰਿਹਾ ਕਿ ਇਹ ਝੂਠੀ ਬੋਲਦੇ ਹੋਰ ਕੁਝ ਨਹੀਂ ਕਰਦੇ ਅ ਅਪਰ ਆਪਣਾ ਗੁਜਰਾਤ ਤੇ ਹਿਮਾਚਲ ਦੀ ਗੱਲ ਕਰੀਏ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਤੁਸੀਂ ਆਪ ਦੇਖ ਕੇ ਆਏ ਹੋਗੇ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਣਾ ਨਾ ਹਿਮਾਚਲ ਹਿਮਾਚਲ ਤੋਂ ਉਹ ਪਹਿਲੇ ਛੱਡ ਕੇ ਚਲੇ ਗਏ ਗੁਜਰਾਤ ਦੇ ਵਿੱਚ ਵੀ ਮੈਂ ਗਾਰੰਟੀ ਨਾਲ ਕਹਿੰਦਾ ਇਹਨਾਂ ਨੂੰ ਇੱਕ ਸੀਟ ਨਹੀਂ ਆਣੀ ਇਹਨਾਂ ਦਾ ਇਹਨਾਂ ਦੀ ਕੋਸ਼ਿਸ਼ ਹੈ ਕਿ 4-5 ਸੀਟਾਂ ਵੈਸੇ ਤਾਂ ਕਹਿੰਦੇ ਸਰਕਾਰ ਬਣਾਣਗੇ ਪਰ ਇਹਨਾਂ ਦੇ ਅੰਦਰ ਖਾਤੇ ਜੋ ਗੱਲਾਂ ਹੋ ਰਹੀ ਸੀ ਕਿ ਇਹ 4-5 ਸੀਟਾਂ ਸ਼ਾਇਦ ਜਿੱਤ ਲੈ ਮੈਨੂੰ ਤਾਂ ਨਹੀਂ ਲੱਗਦਾ ਇਹਨਾਂ ਨੇ ਕੋਲ ਇੱਕ ਵੀ ਸੀਟ ਆਣੀ ਕਿਉਂਕਿ ਖੰਨਾ ਸਰ ਪੰਜਾਬ ਦਾ ਪੈਸਾ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੜਾ ਬਰਬਾਦ ਕੀਤਾ ਜਾ ਰਿਹਾ ਨਹੀਂ ਪੰਜਾਬ ਦਾ ਪੈਸਾ ਵੀ ਤੇ ਬਾਹਰੋਂ ਜਿਵੇਂ ਪੰਨੂ ਸ਼ਨੂ ਕਹਿੰਦੇ ਆ ਕਿ ਜੀ ਖਾਲਿਸਤਾਨ ਦੇ ਜੋ ਲੋਕ ਉੱਥੇ ਬੈਠੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਉਹਨਾਂ ਦੀ ਫੰਡਿੰਗ ਨਾਲ ਇਹਨਾਂ ਦੀ ਸਰਕਾਰ ਬਣੀ ਹੈ ਇਹਨਾਂ ਦੀ ਵੋਈ ਪੈਸਾ ਪੂਰੇ ਹਿੰਦੁਸਤਾਨ ਦੇ ਵਿੱਚ ਲਾ ਰਹੇ ਆ ਪੰਨੂ ਦਾ ਆਪਣਾ ਬਿਆਨ ਹੈਗਾ ਕਿ ਆਪਾਂ ਖਾਲਿਸਤਾਨੀਆਂ ਨੇ ਇਹਨਾਂ ਨੂੰ ਪੈਸਾ ਦਿੱਤਾ ਤੇ ਇਸ ਕਰਕੇ ਇਹ ਸਾਰਾ ਮਿਸਯੂਜ਼ ਕੀਤਾ ਜਾ ਰਿਹਾ ਹੈ ਅੱਜ ਹਿਮਾਚਲ ਤੇ ਰਾਜ ਗੁਜਰਾਤ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਪੈਸੇ ਵਰਤੇ ਆ ਅਗਲੇ ਸਾਲ ਮਧਿਆਪਰਦੇਸ਼ ਛੱਤੀਸਗੜ੍ਹ ਔਰ ਰਾਜਸਥਾਨ ਦੇ ਚੋਣ ਹੋਣੀ ਹੈ ਉੱਥੇ ਵੀ ਪੰਜਾਬ ਦੇ ਪੈਸੇ ਲੱਗਣੇ ਇਹਨਾਂ ਦਾ ਧਿਆਨ ਪੰਜਾਬ ਨੂੰ ਸੁਧਾਰਨ ਦਾ ਨਹੀਂ ਹੈ ਇਹਨਾਂ ਦਾ ਧਿਆਨ ਸਿਰਫ ਇੱਕ ਹੀ ਹੈ ਕਿ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਕਿਵੇਂ ਬਨਾਇਆ ਜਾਏ ਔਰ ਉਹਦੇ ਕਰਕੇ ਪੰਜਾਬ ਜਲ ਜਾਏ ਪੰਜਾਬ ਲੁੱਟ ਜਾਏ ਪੰਜਾਬ ਖਤਮ ਹੋ ਜਾਏ ਇਹਨਾਂ ਨੂੰ ਪਰਵਾਹ ਨਹੀਂ ਕਿਉਂਕਿ ਖੰਨਾ ਸਾਹਿਬ ਕਹਿੰਦੀ ਆਮ ਆਦਮੀ ਪਾਰਟੀ ਵੀ 70 ਸਾਲਾਂ ਚ ਲੁੱਟ ਲਿਆ ਦੂਜੀਆਂ ਪਾਰਟੀਆਂ ਨੇ ਉਹਨਾਂ ਲੋਨ ਤਾਂ ਇਹ 11 ਮਹੀਨੇ ਚ ਲੈ ਚੁੱਕੇ ਨੇ ਇਸ ਬਾਰੇ ਤੁਹਾਡਾ ਨਹੀਂ ਨਹੀਂ ਇਹਨਾਂ ਨੇ ਬਰਬਾਦ ਕਰਤਾ ਹੈ ਪੰਜਾਬ ਇਹਨਾ ਰੋਜ਼ ਹਰ ਤਿੰਨ ਮਹੀਨੇ ਬਾਅਦੇ ਕਰਜ਼ਾ ਲਈ ਜਾ ਰਹੇ ਹਨ ਔਰ ਲੁੱਟਣ ਦੀ ਗੱਲ ਹੈ ਜੋ ਪਿਛਲੇ 8 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇਸ਼ ਵਾਸਤੇ ਕੀਤਾ ਹੈ ਮੇਰੇ ਖਿਆਲ ਮੈਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇਨੀ ਤਰੱਕੀ ਇਨੀ ਕਾਮਯਾਬੀ ਇਹਨੀ ਪ੍ਰਾਪਤੀ ਕਿਸੇ ਵੀ ਹੋਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਨਹੀਂ ਕੀਤੀ ਹੋਣੀ ਜਿੰਨੀ ਮੋਦੀ ਸਾਹਿਬ ਨੇ ਕੀਤੀ ਆ ਪੰਜਾਬ ਪ੍ਰਤੀ ਵੀ ਸਾਡੇ ਗ੍ਰਹਿ ਮੰਤਰੀ ਤੇ ਮੋਦੀ ਸਾਹਿਬ ਬਹੁਤ ਚਿੰਤਿਤ ਹੈ ਕਿ ਸਾਡਾ ਬਾਰਡਰ ਸਟੇਟ ਹੈ ਪਾਕਿਸਤਾਨ ਵੀ ਸਾਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਸਾਨੂੰ ਚਿੰਤਾ ਹੈ ਔਰ ਜੇ ਭਗਵੰਤ ਮਾਨ ਤੇ ਕੇਜਰੀਵਾਲ ਆਪਣੇ ਆਪ ਨੂੰ ਨਹੀਂ ਸੁਧਾਰਨਗੇ ਮੈਂ ਗਾਰੰਟੀ ਨਾਲ ਕਹਿੰਦਾ ਥੋੜੇ ਸਮੇਂ ਦੇ ਵਿੱਚ ਇੱਥੇ ਗਵਰਨਰ ਰੂਲ ਆ ਜਾਊਗਾ ਕਿਉਂਕਿ ਇੱਥੇ ਲਾਅ ਐਂਡ ਆਰਡਰ ਖਤਮ ਹੋ ਗਿਆ ਹੈ ਗਵਰਨਰਨਸ ਖਤਮ ਹੋ ਗਈ ਹੈ ਲੋਕਾਂ ਨੂੰ ਹੁਣ ਡਰ ਲੱਗਣ ਲੱਗ ਗਿਆ ਤੇ ਇਸ ਕਰਕੇ ਮੇਰੀ ਤੋਂ ਇਹ ਬੇਨਤੀ ਹੈ ਆਮ ਆਦਮੀ ਪਾਰਟੀ ਤੋਂ ਤੇ ਭਗਵੰਤ ਮਾਨ ਜੀ ਤੋਂ ਕਿ ਥੋੜਾ ਜਿਹਾ ਸਮਾਂ ਪੰਜਾਬ ਦੇ ਵਿੱਚ ਵੀ ਲਾਓ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰੋ ਖੰਨਾ ਸਾਹਿਬ ਬੰਦੀ ਸਿੰਘਾਂ ਨੂੰ ਲੈ ਕੇ ਬੜੀ ਲੰਮੀ ਸਮੇਂ ਤੋਂ ਆਵਾਜ਼ ਉੱਠਦੀ ਆ ਰਹੀ ਹੈ ਕਿਉਂਕਿ ਪਿਛਲੇ ਗੁਰੂ ਨਾਨਕ ਦੇਵ ਜੀ ਦੇ ਪਰਬ ਤੇ ਮੋਦੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਉਹ ਬੰਦੀ ਸਿੰਘਾ ਜੇ ਵਿਚਪਟਾਲੀ ਉਹਨਾਂ ਦਾ ਕੇਸ ਲਟਕਦੇ ਨੇ ਉਸ ਬਾਰੇ ਤੁਹਾਡਾ ਕੀ ਮੋਦੀ ਸਾਹਿਬ ਨੂੰ ਧਿਆਨ ਤੇ ਲਿਆਉਂਗੇ ਨਹੀਂ ਦੇਖੋ ਕੇਂਦਰ ਸਰਕਾਰ ਕਰ ਰਹੀ ਹੈ ਇਹਦੇ ਵਿੱਚ ਜੋ ਦਿੱਲੀ ਸਰਕਾਰ ਹੈ ਉਹ ਗੜਬੜ ਕਰ ਰਹੀ ਹੈ ਜੋ ਆਪਣੇ ਕੇਜਰੀਵਾਲ ਦੀ ਸਰਕਾਰ ਹੈ ਉਹਨਾਂ ਦੀ ਵੀ ਮਨਜ਼ੂਰੀ ਦੇਣੀ ਹੁੰਦੀ ਹੈ ਕਿਉਂਕਿ ਉਹ ਦਿੱਲੀ ਦੇ ਜੇਲ੍ਹਾਂ ਦੇ ਵਿੱਚ ਆ ਤੇ ਇਸ ਕਰਕੇ ਗੜਬੜੀ ਉੱਥੇ ਹੋ ਰਹੀ ਆ ਆਪਾਂ ਕੋਸ਼ਿਸ਼ ਕਰ ਰਹੇ ਆ ਮੈਨੂੰ ਪਤਾ ਹੈ ਆਪਾਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਸਾਰੇ ਪੰਜਾਬ ਦੀਆਂ ਪਾਰਟੀਆਂ ਵੈਸੇ ਤੇ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਰਾਹੀ ਮਿਲਣੀ ਚਾਹੀਦੀ ਹੈ ਔਰ ਮੈਨੂੰ ਮੈਨੂੰ ਲੱਗਦਾ ਹੈ ਕਿ ਸਾਡੇ ਦਿੱਲੀ ਦੇ ਵਿੱਚ ਸਾਡੇ ਜੋ ਆ ਵੱਡੇ ਅਹੁਦੇ ਤੇ ਗ੍ਰਹਿ ਮੰਤਰੀ ਸਾਹਿਬ ਬੈਠੇ ਹੈ ਉਹ ਕਰਨਗੇ ਜੋ ਉਹਨਾਂ ਨੂੰ ਸਹੀ ਲੱਗਦਾ ਹੈ ਔਰ ਮੈਨੂੰ ਲੱਗਦਾ ਹੈ ਬਿਲਕੁਲ ਉਹਨਾਂ ਨੂੰ ਇਨਸਾਫ ਮਿਲੇਗਾ ਇਹਨਾਂ ਸ਼੍ਰੀ ਅਰਬਿੰਦ ਖੰਨਾ ਜੀ ਜੋ ਹੁਣੇ-ਹੁਣੇ ਪੰਜਾਬ ਸੂਬੇ ਦੇ ਉਮੀਦ ਪ੍ਰਧਾਨ ਬਣਾਏ ਗਏ ਨੇ ਬੜੇ ਬੇਬਾਕੀ ਨਾਲ ਉਹਨਾਂ ਨੇ ਆਪਣੇ ਵਿਚਾਰ ਰੱਖੇ ਕੈਮਰਾਮੈਨ ਹਰਸ਼ਦੇ ਨਾਲ ਇਕਬਾਲ ਸਿੰਘ G5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ